असी निहंग सिंह जथेबंदियों के वलों जिथे मोर्चा लाया होया सिंघू बॉर्डर ते उत्थे मौजूद हैगे आ ते जानकारी लवांगे कि जिहड़ी किसानां दे वलों कढ़ी गई सी ट्रैक्टर परेड उस दौरान की कुछ होया सी। बाबा राजा राज सिंह जी साडे नाल मौजूद ने। बाबा जी, कल जानकारी मिली है कि एक घोड़ा भी शहीदी पा गया, तो किन्नियां फौजां निहंग फौजां शामिल सीगियां इस मार्च दे विच ते की कुछ होया, कल सारी जानकारी चाहुंदे आ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਾਜਾ ਰਾਜ ਸਕਾਰ ਮਗਰ ਮਤਰਨਾ ਦਲ। ਕੱਲ੍ਹ ਜੋ ਕਿਸਾਨਾਂ ਨੇ ਪਰੇਡ ਮਾਰਚ ਦਾ ਰੱਖਿਆ ਸੀਗਾ, ਉਹ ਪ੍ਰੋਗਰਾਮ ਤਹਿਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ, ਬਾਬਾ ਮਾਨ ਸਿੰਘ ਜੀ ਤਰਨਾ ਦਲ ਅਰਮਾ ਖਰਮਾ ਦੇ ਮੁੱਖ ਸਿੰਘ ਸਾਹਿਬ, ਬਾਬਾ ਚੜ੍ਹਤ ਸਿੰਘ ਜੀ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ, ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਤਰਨਾ ਦਲ ਦੇ ਮੁਖੀ ਭਾਈ ਰੂਪ ਚੰਦ, ਬਾਬਾ ਗੁਰਦੀਪ ਸਿੰਘ ਜੀ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ, ਬਾਬਾ ਗੁਰਸੇਵਕ ਸਿੰਘ ਜੀ, ਸਾਰੀਆਂ ਦਲ ਪੰਥ ਦੇ ਜਿੰਨੀਆਂ ਫੌਜਾਂ ਸੀ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਸਾਰੀਆਂ ਘੋੜ ਸਵਾਰ ਫੌਜਾਂ ਬਾਬਿਆਂ ਸਮੇਤ ਸਾਰੇ ਸਿੰਘ ਗਏ ਸੀਗੇ। ਰਾਹ ਦੇ ਵਿੱਚ ਜੋ ਪੁਲਿਸ ਨੇ ਉੱਥੇ ਗੋਲੇ ਵਾਰ ਛਿੱਟੇ, ਉਹਦੇ ਵਿੱਚ ਦੋ ਘੋੜੇ ਸ਼ਹੀਦ ਹੋਏ ਨੇ, ਇੱਕ ਸਾਡਾ ਅਰਮਾ ਖਰਮਾ ਤਰਨਾ ਦਲ ਦਾ, ਇੱਕ ਬੁੱਢੇ ਦਲ ਦਾ। ਜਿਹੜਾ ਸਾਡਾ ਘੋੜਾ ਸੀ ਉਹ ਦਲ ਪੰਥ ਦਾ, ਉਹ ਉੱਥੇ ਤੁਰਤੀ ਸ਼ਹੀਦ ਹੋ ਗਿਆ ਸੀਗਾ, ਅਤੇ ਜਿਹੜਾ ਉਹ ਦੂਜਾ ਘੋੜਾ ਸੀ ਉਹ ਰਾਤ ਸ਼ਹੀਦ ਹੋਇਆ। ਉੱਥੇ ਸਾਰੀਆਂ ਕਿਹੜੀ ਜਗ੍ਹਾ ਇਹ ਘਟਨਾ ਵਾਪਰੀ ਸੀ? ਇਹ ਗਾਹਾਂ ਜਾ ਕੇ ਆ ਜਿਹੜਾ ਅੱਗੇ ਚੌਂਕ ਆਉਂਦਾ, ਉਹ ਕਿਹੜਾ ਚੌਂਕ ਵੱਜਦਾ ਅੱਗੇ ਜਦੋਂ ਗੋਲਾਬਾਰੀ ਹੋਈ ਹੈ ਇੱਥੇ ਅਗਲੇ ਚੌਂਕ 'ਚ, ਉੱਥੇ ਹਾਂਜੀ ਹਾਂ ਉੱਥੇ ਕਰਨਾਲ ਬਾਈਪਾਸ ਦੇ ਉੱਤੇ ਹੋਇਆ ਇਹ ਸਾਰਾ ਘਟਨਾ। ਇੱਕ ਸੁਣਨ 'ਚ ਆਇਆ ਕਿ ਲਾਲ ਕਿਲੇ ਦੇ ਵਿੱਚ ਹੋਇਆ ਹੈਗਾ, ਇੱਕ ਘੋੜਾ ਲਾਲ ਕਿਲੇ 'ਚ ਸ਼ਹੀਦ ਹੋਇਆ ਅਤੇ ਉੱਥੇ ਇੱਕ ਸਿੰਘ ਦੇ ਵਿੱਚ ਕੋਈ ਘੋੜਾ ਸ਼ਹੀਦ ਨਹੀਂ ਹੋਇਆ। ਉੱਥੋਂ ਆ ਕੇ ਉਹਨੂੰ ਉਹ ਜ਼ਹਿਰ ਜਿਹੜੇ ਸੀ ਆਸੂ ਗੈਸ ਦੇ ਗੋਲੇ ਦੇ ਵਿੱਚ ਜ਼ਹਿਰ ਹੁੰਦੀ ਆ, ਉਹ ਘੋੜਿਆਂ ਨੂੰ ਜ਼ਹਿਰ ਚੜ੍ਹ ਗਈ। ਘੋੜੇ ਸਾਰੇ ਤਕਰੀਬਨ ਜਿੰਨੇ ਗਏ ਸੀ ਘੋੜੇ ਬਿਮਾਰ ਖੜੇ ਨੇ, ਉਹ ਉੱਥੇ ਖੜੇ ਨੇ ਹਜੇ ਰੱਬ ਦੇ ਕੁੱਤੇ ਸੌਣੀ ਦੇ ਵਿੱਚ, ਉਹਨਾਂ ਨੂੰ ਹੁਣ ਗੱਡੀਆਂ 'ਤੇ ਲਿਆਂਦਾ ਜਾਊ। ਇੱਥੇ ਸਾਰੀਆਂ ਫੌਜਾਂ ਵੀ ਉੱਥੇ ਨੇ। ਕਿੱਥੇ ਬਾਬਾ ਜੀ? ਰੱਬ ਦਾ ਕੁੱਤਾ ਸੌਣੀ ਹੈ ਨਾ, ਨਿੰਗ ਸਿੰਘਾਂ ਦੀ ਬੁੱਢਾ ਦਲ ਦੀ ਸੌਣੀ ਹੈ। ਹਾਂ ਉੱਥੇ ਉੱਥੇ ਰਾਤ ਉੱਥੇ ਵਿਸ਼ਰਾਮ ਰਿਹਾ, ਜਾਂ ਦੂਰ ਪੈ ਜਾਂਦਾ ਫਿਰ ਘੋੜਿਆਂ ਨੂੰ, ਘੋੜੇ ਗਏ ਦੂਰ ਪੈ ਗਿਆ। ਅਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ, ਇਹਨਾਂ ਨੇ ਕਿਹਾ ਸੀਗਾ ਵੀ ਆਪਾਂ ਪਰੇਡ ਕਰਨੀ ਆ। ਪਹਿਲੀ ਗੱਲ ਤਾਂ ਮੈਂ ਤਾਂ ਇਹ ਕਹਿੰਦਾ ਵੀ ਪਰੇਡ ਕਰ, ਕਾਹਦੀ ਸਾਡੀ ਪਰੇਡ ਆ? ਸਾਡੇ ਤਾਂ ਇੱਕ ਪਾਸੇ ਇੰਨੇ ਸਿੱਖ ਸੰਘਰਸ਼ ਦੇ ਵਿੱਚ 100-150 ਕਿਸਾਨ ਮਰ ਗਿਆ, ਹਜੇ ਪਰੇਡਾਂ ਕਰਦੇ ਫਿਰਦੇ ਨੇ? ਸਾਨੂੰ ਚਾਹੀਦਾ ਰੋਸ ਮਾਰਚ, ਕਾਲੇ ਝੰਡੇ ਲਾ ਕੇ ਕਰਨ ਦਾ, ਜਿੱਦਾਂ ਦੀ ਸਾਨੂੰ ਰਾਹ ਮਿਲਦਾ ਜਿਹੇ ਜਿੱਥੇ ਮਰ ਦਿਖਾਉਂਦੇ ਵੀ ਆਹ ਰੋਸ ਮਾਰਚ ਸਾਡਾ ਚੱਲਿਆ, ਅਸੀਂ ਰੋਸ ਮਾਰਚ ਕੱਢ ਰਹੇ, ਤੁਸੀਂ ਗਣਤੰਤਰ ਦੇਖਦੇ ਹਾਂ ਝੰਡੇ ਚਲਾਉਂਦੇ ਉੱਥੇ, ਅਸੀਂ ਰੋਸ ਮਾਰਚ ਕਰ ਰਹੇ ਹਾਂ। ਤੁਸੀਂ ਇਹਦੇ ਨਾਲ ਸਹਿਮਤ ਨਹੀਂ ਸੀਗੇ ਪਰੇਡ ਦੇ ਨਾਲ? ਪਰੇਡ ਜਦੋਂ ਇਹਨਾਂ ਨੇ ਕਹਿੰਦਾ ਸੀ ਵੀ ਅਸੀਂ ਜਾਵਾਂਗੇ, ਅਸੀਂ ਕਿਹਾ ਵੀ ਚਲੋ ਅਸੀਂ ਵੀ ਚੱਲਾਂਗੇ, ਸਾਨੂੰ ਕੱਲ੍ਹ ਨੂੰ ਕਹਿਣਾ ਵੀ ਨਿੰਗ ਸਿੰਘ ਉੱਥੇ ਰੋਟੀਆਂ ਖਾਈ ਜਾਂਦੇ ਨੇ ਬੈਠੇ, ਕਿਵੇਂ ਤੁਰਦੇ? ਅਗਵਾਹੀ ਫੌਜਾਂ ਨੇ ਕਰੀ ਆ, ਮੂਹਰੇ ਲਾ ਕੇ ਇਹਨਾਂ ਦਾ ਹੱਕ ਬਣਦਾ ਸੀ ਤੁਰਦੇ। ਫਿਰ ਜਦੋਂ ਨੌਜਵਾਨਾਂ ਦੇ ਵਿੱਚ ਬਲਬਲਾ ਸੀ, ਉਹ ਗਾਹਾਂ ਤੁਰ ਕੇ ਲੰਘ ਕੇ ਲਾਲ ਕਿਲੇ ਦੇ ਵਿੱਚ ਜਾ ਕੇ ਚਲੇ ਗਏ। ਹਾਂਜੀ, ਉਹ ਪ੍ਰੋਗਰਾਮ ਕਿਵੇਂ ਬਣਿਆ ਬਾਬਾ ਜੀ ਲਾਲ ਕਿਲੇ 'ਚ ਜਾਣ ਦਾ? ਲਾਲ ਕਿਲੇ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜੇ ਸਾਡੀਆਂ ਨਿੰਗ ਸਿੰਘ ਫੌਜਾਂ ਦੇ ਬੰਦੇ ਪਏ, ਉਦੋਂ ਪਹਿਲਾਂ ਹੀ ਉਹ ਉੱਥੇ ਜਿਹੜਾ ਸੀਗਾ ਕਿਸਾਨੀ ਦਾ ਵੀ ਉੱਥੇ ਝੰਡਾ ਲਾਇਆ ਗਿਆ, ਅਤੇ ਜਿਹੜਾ ਆਪਣਾ ਨਿਸ਼ਾਨ ਆ ਪੀਲੇ ਰੰਗ ਦਾ ਉਹ ਵੀ ਲਾਇਆ ਗਿਆ ਉੱਥੇ, ਉਹ ਸਾਡੇ ਜਾਣ ਤੋਂ ਪਹਿਲਾਂ ਹੀ ਲੱਗ ਚੁੱਕਿਆ ਸੀਗਾ। ਅੱਛਾ, ਉਹ ਤੁਸੀਂ ਨਹੀਂ ਲਾਇਆ ਹੈਗਾ? ਉਹ ਉਦੋਂ ਬਾਅਦ ਨਿਆ ਉਹ ਪਹਿਲਾਂ ਲੱਗਿਆ ਸੀ, ਜਿਹੜਾ ਕਿਸਾਨੀ ਦੇ 2 ਨਿਸ਼ਾਨ ਲਾਏ ਨੇ ਉੱਥੇ, ਕਿਸਾਨੀ ਦਾ ਅਤੇ ਆਹ ਗੁਰੂ ਸਾਹਿਬ ਦਾ ਨਿਸ਼ਾਨ ਆ ਜਿਹੜਾ ਆਪਣਾ ਪੀਲਾ ਧਾਰਮਿਕ ਚਿੰਨ੍ਹ ਹੈ, ਇਹ ਲਾਇਆ ਗਿਆ ਉੱਥੇ। ਅਤੇ ਉੱਧਰ ਦਾ ਰੂਟ ਕਿਵੇਂ ਬਣ ਗਿਆ, ਇਸ ਬਾਰੇ ਕੁਛ ਪਤਾ ਲੱਗਿਆ? ਇਸ ਬਾਰੇ ਬਸ ਤੁਰੀ ਗਏ, ਸਿੱਧੇ ਤੁਰੀ ਗਏ, ਹੁਣ ਕਿਸੇ ਨੂੰ ਕੀ ਪਤਾ ਸੀ ਵੀ ਸੜਕਾਂ ਕਿੱਧਰ ਨੂੰ ਜਾਂਦੀਆਂ, ਤੁਰੀ ਗਿਆ ਵੀ ਲਾਲ ਕਿਲੇ ਸਾਹਿਬ ਨੂੰ ਜਾਣਾ, ਜੇ ਰੌਲਾ ਪਿਆ ਵੀ ਲਾਲ ਕਿਲੇ ਜਾਣਾ, ਲਾਲ ਕਿਲੇ ਸਾਰੇ ਨਿਹੰਗ ਸਿੰਘ ਫੌਜਾਂ ਵਿੱਚ ਚਲੇ ਗਈਆਂ। ਫਿਰ ਉਸ ਤੋਂ ਬਾਅਦ ਪਹਿਲਾਂ ਉਹ ਲੈ, ਫਿਰ ਨਿਹੰਗ ਸਿੰਘਾਂ ਨੇ ਵੀ ਆਪਣਾ ਨਿਸ਼ਾਨ ਸਾਹਿਬ ਲਾਤਾ ਉੱਥੇ ਜਾ ਕੇ। ਜੀ, ਯਾਨੀ ਕਿ ਮੈਸੇਜ ਆ ਜਿਹੜਾ ਅਗਵਾਈ ਕਰਨ ਦਾ ਉਹ ਸਹੀ ਨਹੀਂ ਮਿਲਿਆ? ਹਾਂ, ਅਗਵਾਈ ਸਹੀ ਨਹੀਂ ਹੋਈ ਕਿਸੇ ਦੀ, ਅਗਵਾਹੀ ਮੂਹਰੇ ਨਿੰਗ ਸਿੰਘ ਤੁਰਦੇ, ਜਿੰਨੇ ਸਿੰਘ ਆਪਦੇ ਬਹਿਣ ਤੁਰੀ ਗਏ, ਜਿੱਧਰੋਂ ਉਹਨਾਂ ਨੂੰ ਸੜਕਦੇ ਸੀ ਉਹ ਤੁਰੀ ਗਏ, ਕੋਈ ਜਾ ਤਾਂ ਇਹ ਕਿਸਾਨ ਯੂਨੀਅਨ ਬੰਦੇ ਕਿਉਂ ਲੁਕੇ ਜਾ ਕੇ, ਮਗਰ ਇਹ ਲੱਗਾ ਇਹਨਾਂ ਨੇ ਗੱਡੀਆਂ ਲਾਉਂਦੇ ਮੂਹਰੇ, ਮੂਹਰੇ ਅਗਵਾਹੀ ਕਰਦੇ ਇਹ ਮਾਰਚ ਦੀ ਵੀ ਅਸੀਂ ਜੇ ਇਹਨਾਂ ਦੇ ਬਾਹਰੋਂ ਬੰਦੇ ਤੁਰਦੇ ਫਿਰ ਇਹ ਕਹਿ ਸਕਦੇ ਸਾਨੂੰ ਦੋਸ਼ੀ ਇਹ ਬਣਾ ਸਕਦੇ ਸੀਗੇ ਵੀ ਇਹ ਆਪ ਮੁਹਾਰੇ ਹੋ ਗਏ, ਆਪ ਮੁਹਾਰੇ ਗਏ ਨੇ, ਇਹਨਾਂ ਨੇ ਕਮਾਂਡ ਕਰੀ ਨਹੀਂ, ਕੁਮਾਰੀ ਨਿੰਗ ਸਿੰਘਾਂ ਨੇ ਤਕਰੀ ਉਹ ਮੂਹਰੇ ਤੁਰੇ ਗਏ, ਮਗਰ ਸੰਗਤ ਤੁਰੀ ਗਈ, ਇਹ ਤਾਂ ਬਾਅਦ 'ਚ ਖਬਰ ਨਹੀਂ ਗਏ ਆ, ਖਬਰ ਨਹੀਂ ਅਸੀਂ ਇਹਨਾਂ ਨੂੰ ਪੁੱਛੋ ਜਾ ਕੇ, ਇਹ ਹੁਣ ਦੋਸ਼ ਦੇਈ ਜਾਂਦੇ ਨੇ ਉੱਥੇ ਇੰਨੇ ਬੰਦੇ ਮਰੇ ਨੇ। ਪਹਿਲਾਂ ਮੈਨੂੰ ਇਹਨੂੰ ਦੱਸਣ, ਇਹ ਕੀ ਜਾਣਕਾਰੀ ਹੈ ਬਾਬਾ ਜੀ, ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੀ ਕੋਈ ਸਿੰਘ ਸ਼ਹੀਦ ਹੋਇਆ, ਕੋਈ ਜਾਣਕਾਰੀ? ਸਾਡੇ ਸਿੰਘਾਂ ਦੇ ਫੱਟੜ ਜ਼ਰੂਰ ਹੋਏ ਨੇ, ਜਿਹੜਾ ਗੋਲੇਬਾਰੀ ਇਹ ਰਾਹ ਸੀ ਆ ਕਰਨਾਲ ਬ੍ਰਿਜ 'ਤੇ ਹੋਈ ਆ, ਇੱਥੇ ਹੀ ਹੋਏ ਨੇ ਸਿੰਘ, ਗਾਹਾਂ ਤਾਂ ਕੋਈ ਹੋਇਆ ਨਹੀਂ ਸਾਡਾ ਸਿੰਘ ਸ਼ਹੀਦ, ਉੱਥੇ ਇੱਥੇ ਕਿ ਉਹਨਾਂ ਦੇ ਗੋਲੇ ਲੱਗੇ ਨੇ ਘੋੜੇ। ਕੱਲ੍ਹ ਦੀ ਘਟਨਾ ਦੇ ਵਿੱਚ ਕੁਛ ਤੁਹਾਨੂੰ ਜਾਣਕਾਰੀ ਹੈ ਕਿ ਬਾਕੀ ਇੱਕ ਬੰਦੇ ਦੀ ਜਾਣਕਾਰੀ ਹੈ ਕਿ ਮੌਤ ਹੋਈ ਹੈ, ਹੋਰ ਕੁਛ ਤਾਂ ਨਹੀਂ ਅਜਿਹੀ ਘਟਨਾ? ਬੰਦ ਨੈੱਟ ਬੰਦ ਕਰਤੇ ਇਹਨਾਂ ਨੇ, ਕੋਈ ਪਤਾ ਲੱਗਦਾ ਹੈ ਨਹੀਂ ਕੁਛ। ਖਬਰਾਂ ਮਾੜਾ ਮੋਟਾ ਕੱਲ੍ਹ ਸੁਣੀ ਸੀ ਵੀ ਕਿਸਾਨ ਦੇ ਉੱਤੇ ਗੋਲੀ ਚਲਾਈ ਗਈ ਹੈ,
कि वह भी कि निहंग सिंह ने खराब कराया, वह भी उधर दूजे बार्डर से टिकरी बार्डर से होया इन्ना हमला। जिहड़े किसान लीडर ने उन्होंने वालों हाले किसी तरह का इस तरह का मैसेज नहीं आया मीडिया को, भी जो बयान आया कि निहंग सिंह वालों ही किया गया, हजे उन्होंने कोई यह जहाँ मैसेज जारी नहीं किया। दीप सिद्धू तो एक वो पाना चाहते हैं, उन्होंने कहा यह बोली जाते हैं, हम इतने भी दीप सिद्धू तो लखा सिधाणा उन्होंने पाई जाते हैं। देखो इन्हों चाहिए इन सदा इन्होंने बुलाया, लोगों क्यों बुलाया, इन्हों के सदे तो लोग आए हैं, जे इन्हों तो स्थिति कंट्रोल नहीं सुनती क्यों लोगों को सद्या गया, इन्होंने स्थिति कंट्रोल करनी है। ये मूहरे अड़ के खड़े परसों रात में जो कुछ इतने रौला पिया स्टेज उत्ते असीं जाके संभालिया स्टेज, असीं उत्थे लोगों को शांतमय किया जाके, तुसीं सारा वर्तारा देखी है क्यों लुके जाके ट्रालियां दे विच, ये जवाब दे भी किसान ने इन्हां दे विच विच कुछ गलतियां हैगियां ने, ये नहीं सी होनी चाहिए आके मूहरे डट के खड़ते भी असीं जवाब दे असीं जाने आ। ते हुण बाबा जी सारा कुछ मुड़ तो एकता दे विच हो जावे तां कि वड्डा मोर्चा खराब ना होवे, उहदे लई की मैसेज तुसीं दिंदे हो किसानां नूं? वी जिहड़ा इह साडा मोर्चा वा ये असी जितना गा शांतमई तरीके दे विच रह के, पहली गल तो रोस मार्च जिहड़ा कल परेड गए जाने नहीं सी चाहीदी, इत्थे जिहड़े दिल्ली दे जिन्ने भी बार्डर ने हजे तक किसान जंदियां बसदियां तो यही नहीं कुछ होया भी वह असी बार्डर ही बंद करते, सारिया सड़कां बंद होनी चाहीदियां ने शांतमई तरीके नाल, सारे बंद कर देने जिन्ने भी रोड ने, टिकरी बार्डर वाला रोड भी चली जाता, इधर गाजीपुर वाले बार्डर एक पासे किसान बैठे ने एक रोड चली जाते, फिर बैठने का उसे फायदा की है, फिर की आ उसे धरना लाने का, इतने आ हूँ संघू बार्डर से बैठे से इतने सारे दोनों पासे जाम आ, इतने बिल्कुल जाम आ, होर सारे पासे आ खुले आ, वो खुलने चाहिए नहीं, वो बंद होने चाहिए ने सारी, बिल्कुल बंद होने चाहिए शांतमई तरीके बह जाओ, आप ही सरकार दे नक नासी तू हाँ जानी बाबा जी नाल खड़े हाँ किसानों के, असी गल नहीं भी असं कोई आपका आपके वालों कोई प्रोग्राम संगत को देवे नहीं, बिल्कुल उही असं पुछना चाहते भी हूँ किसानों के नाल ही सहयोग के रहो, सहयोगी हाँ असं किसानों के पहला भी सहयोगी से पहला भी इन्होंने फुल चढ़ाते रहे हूँ भी चढ़ावे, जे कोई गलत अंसर बढ़ू इतने खराब करू मोर्चे असी भी असं रोका गोली चला जो भी सरकार ने कराया सरकार ही जिम्मेदारी है बंदे मर गए, चलो जो कोई अंदोलन होंगे यह जो काम होंगे ने जो ना कहते परेड करनी ना करती सरकार ना उन्होंने तो लाइए मंजूरी ने मंजूरी दी सरकार ने गोली चलाई किसानों गंत किसान मारे गए, तो उन्होंने कल जो दो चार उ मारे गए शहीद हो गए, तो उन्होंने जेडे पहला 150 बंदा इतने बैठा का मर गया वो कि खेमे पाँगे मैंने ये दस किसानों के खेमे पैने चाहिए सरकार के, हूँ ये सवाल दसो ना ये कल का रौला तो पा रखा इन्होंने जी उत्थे गए इन्हें सदे तो बुलाए सारे आए वो भी दसो भी 150 बंदा कि खेमे पाना वो भी सरकार के खेमे जी पेगा, जो इतने बैठे असं इंसाफ मांग रहे हैं क्यों नहीं दे रहा मोदी इंसाफ देना चाहिए उन्होंने। सो हुण जिस तरीके का माहौल बाबा जी बनया होया है थोड़ी जी घबराहट है जी लोगों के हैगी है, यह लगता है कि फुट पैगी कि की सारे मैसेज दोगे इतों सिंघू बॉर्डर तो बहर जड़िया ने, क्योंकि नैट ना चलन होने करके अफवाह बड़िया फैल रही ने, लोगों की कहना चाहते हो जे इस मोर्चे नहीं है बहर बैठे ने? देखो जे इस मोर्चे नहीं है जो बहरे बैठे ने इतने बिल्कुल सही है, सब कुछ सही तरीके चल रहा, कोई इतने गड़बड़ नहीं हैगी, ये लोगों दफवाह साढ़े फैलाइया जा रही ने, बिल्कुल एक तो नैट कल का बिल्कुल बंद हो रहा है, सानू नहीं पता लगता भी इतने की हो रहा की नहीं, ये तो जो कोई टैलीफोन से माड़ा मोटा आता टैलीफोन भी कई बार बंद हो जाए नहीं आता फोन भी नहीं आता करके गलत अफवाह ने, सब कुछ शांति दे देख सकते हो, कोई इतने हालचाल नहीं कोई घबराहट नहीं किसी के बाहर लोगों के जेडे घर देखो जिदे बच्चे इतने आए हुए ने जां किसी के माता पिता आए हुए ने उन्होंने आपके बच्चों का फिक्र हुंदा वा भी उत्थे गए गड़बड़ हुई उत्थे की होया साडे बच्चे किवें ने जां साडे माता पिता किवें ने, हरेक नूं आपदे परिवार का हुंदा फिकर हुंदा, वो टैलीफोन कर कर पुछदे फल वह टैलीफोन करके पुछदे ने, यह जी गलत अफवाह फैला रहा ये जी गोदी मीडिया ये फैला रहा चैनलों उत्ते सिखां नूं खालिस्तानी दस्या जा रहा जां खालिस्तान दे उत्ते झंडे लाते इहोजी बकवास गोदी मीडिया कर रहा, इन्हां दी सुण पहलां तो हुण 2 महीने तो यही बकवास करी जांदे ने खालिस्तानी ने, हुण भी इन्हां ने यही जोर लाया भी असीं खालिस्तान दे झंडे चढ़ाते, कुछ नहीं चढ़िया उसे कुछ नहीं होया किसानों का झंडा लग्या उसे साडा हक बनता दिल्ली के उत्ते, फिर की होगा जे किसानी उसका झंडा झूल गया झूलना चाहिए उत्थे साडा नहीं हक बना, जे तो असीं देश तों हिता होईए जे उत्थे इन्हां दा झंडा लाया होवे, जो असीं भारत के वासी हाँ वो साडा झंडा गा ये किसानी का झंडा भी आ उत्थे लाते नौजवानों के बलबला सीगा, फिर की कड्डी गल हो गई ये बाबा जे जे आप प्राप्ति की गल कर लीए कल वाला जी ट्रैक्टर परेड है जां फिर झंडा चलाना है इन्हां चो अपनी प्राप्ति किन्नी रही है? ये देखो जो मन गुस्सा से लोगों के ठंडा हो गया भी हाँ ठीक है जे दिल्ली गए दिल्ली जाना जाना ही है जाना केरा कहता भी जाना चले गए दिल्ली, ये बड़ी प्राप्ति है जो उस इंसान साहब वो रोक लेंगे फिर उन्होंने क्यों नहीं रोकया, सरकार का फर्ज बनता सी रोकण का उसे पुलिस लाते उसे रोकते नाले राह देते नाले उसे सारा कुछ होया,
ਇਹ ਸਰਕਾਰ ਦੀ ਨਾਕਾਮੀ ਆ, ਸਰਕਾਰ ਦੀ ਇਹੀ ਦੋਸ਼ੀ ਆ ਸਾਰਾ ਜੋ ਘਟਨਾਕ੍ਰਮ ਹੋਇਆ ਇਹਦੇ ਵਿੱਚ ਸਰਕਾਰ ਦੀ ਦੋਸ਼ੀ ਆ। ਤੇ ਬਾਬਾ ਜੀ ਘੋੜੇ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਦਾ ਹੁਣ ਸੰਸਕਾਰ ਕਿੱਥੇ ਕੀਤਾ ਜਾਊਗਾ? ਹਾਂ ਇੱਥੇ ਹੀ ਕਰੇ ਜਦ ਸਾਡਾ ਅਰਮਾ ਖਰਮਾ ਤਰਨਾ ਦਲ ਦਾ ਉਹ ਘੋੜਾ ਮੋਰ ਘੋੜਾ ਇਹਦਾ ਨਾ ਮੋਰ ਸੀਗਾ ਇਹ ਇੱਥੇ ਜਿਹੜਾ ਹੋਇਆ ਇੱਕ ਹੋਰ ਸੀਗਾ ਆਪਣੇ ਬੁੱਢਾ ਦਲ ਬਾਬਾ ਜੀ ਹੋਣਾ ਦਾ ਉਹ ਉੱਥੇ ਰਾਤ ਚੜ੍ਹਾਈ ਕਰਕੇ ਰੱਬ ਦੇ ਕੁੱਤੇ ਉਹ ਉੱਥੇ ਕਰਨਗੇ ਇਹ ਇੱਥੇ ਕਰਿਆ ਜਾਊਗਾ ਜੀ। ਹਾਂਜੀ ਤੇ ਮੋਰਚੇ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਥੇ ਡਟੇ ਰਹਿਣਗੇ ਲਗਾਤਾਰ? ਅਸੀਂ ਡਟੇ ਹੋਏ ਆ, ਅਸੀਂ ਕਿਸੇ ਦੀ ਪਰਵਾਹ ਥੋੜੋ ਕਰਦੇ ਆ, ਅਸੀਂ ਬਾਹਰਲੀਆਂ ਜਿਹੜੀਆਂ ਇਹ ਮੋਰਚੇ ਨੂੰ ਖਰਾਬ ਕਰਨ ਵਾਲੀਆਂ ਸ਼ਕਤੀਆਂ ਨੂੰ ਰੋਕਾਂਗੇ। ਪਹਿਲਾਂ ਵੀ ਰੋਕਦੇ ਆਏ ਆ, ਪਹਿਲਾਂ ਅਸੀਂ ਬੰਦੇ ਫੜੇ ਨੇ। ਆ ਜਿਹੜਾ ਕੱਲ ਗੋਲੀਕਾਂਡ ਦਾ ਜਿਹੜਾ ਗੋਲੀਕਾਂਡ ਵਾਪਰਿਆ ਅੱਜ ਤੋਂ 25 ਦਿਨ ਪਹਿਲਾਂ ਅਸੀਂ ਇੱਥੇ ਬੰਦੇ ਫੜੇ ਸੀਗੇ ਪੁਲਿਸ ਦੇ, ਉਹ ਸਾਡੇ ਕੋਲ ਵੀਡੀਓ ਵੀ ਪਈਆਂ ਨੇ ਸਾਰਾ ਕੁਛ ਆ। ਉਹ ਮੰਨੇ ਵੀ 4-5 ਭੱਜ ਗਏ ਅਤੇ ਉਹਨਾਂ 'ਚ ਇੱਕ ਸ਼ਰਾਬੀ ਹਾਲਤ ਦੇ ਵਿੱਚ ਫੜਿਆ, ਉਹਨੇ ਇੱਥੇ ਮੰਨਿਆ ਵੀ ਸੀ ਅਸੀਂ 26 ਤਰੀਕ ਨੂੰ ਗੋਲੀ ਵੀ ਚਲਾਵਾਂਗੇ, ਅਸੀਂ ਲਾਠੀਚਾਰਜ ਵੀ ਕਰਾਂਗੇ। ਫਿਰ ਉਹ ਤੁਹਾਡੇ ਸਾਹਮਣੇ ਹੋ ਗਿਆ, ਗੋਲੀ ਵੀ ਚੱਲੀ ਹੈ, ਇਸੇ ਲਾਠੀਚਾਰਜ ਵੀ ਹੋਇਆ ਗਾ, ਗੋਲੇ ਵੀ ਸਿੱਟੇ ਗਏ ਨੇ। ਫਿਰ ਉਹ ਝੂਠ ਬੋਲਦਾ ਸੀ ਤਾਂ ਕਿਸਾਨਾਂ ਨੂੰ ਫੜਾਦਾ ਸੀ ਵੀ ਸਾਡੇ ਕੋਲ ਬੂੜੀਆਂ ਨੇ, ਮੈਂ ਤੁਹਾਨੂੰ ਵੀਡੀਓ ਦੇ ਦੇਣਾ, ਉਹਦੇ ਵਿੱਚ ਸਾਰਾ ਕੁਛ ਆ ਵੀ ਆਹ ਅਸੀਂ ਬੰਦਾ ਫੜ ਕੇ ਦਿੱਤਾ, ਇਹ ਇਹਨਾਂ ਨੇ ਤਾਂ ਕਿਹਾ ਵੀ ਸਭੀ ਤੇਰੇ ਨੂੰ ਗੋਲੀ ਵੀ ਚਲਾਉਣੀ ਆ, ਉਹ ਚੱਲ ਗਈ ਗੋਲੀ ਜਿਹੜਾ ਉਹਨੇ ਕਿਹਾ ਤੇ ਬਿਲਕੁਲ ਸੱਚ ਆ, ਇਹਨਾਂ ਨੇ ਕਿਉਂ ਨਹੀਂ ਫੜੇ। ਫਿਰ ਇਹਨਾਂ ਨੇ ਕਾਪੋਚ ਬੰਦਾ ਫੜਿਆ ਕਿਸਾਨਾਂ ਨੇ, ਉਹਦੇ ਵਿੱਚ ਉਹਨਾਂ ਨੇ ਮੀਡੀਆ ਦੇ ਸਾਹਮਣੇ ਬੋਲਿਆ ਉਹ ਵੀ ਮੈਂ ਉਹਦਾ ਨਕਾਬ ਲਾਉਣਾ ਚਾਹੀਦਾ, ਤੁਸੀਂ ਨਕਾਬ ਕਾਹਤੋਂ ਪਾਇਆ, ਲੋਕਾਂ ਨੂੰ ਦਿਖਾਉਂਦੇ ਮੂੰਹ ਦਿਖਾਉਂਦੇ ਉਹਦਾ ਵੀ ਇਹ ਕਿਹੜਾ ਅੱਤਵਾਦੀ ਆ। ਫੜਦੇ ਰਹਿੰਦੇ ਅਸੀਂ ਇਹ ਕਿਸੇ ਨੂੰ ਅੰਦੋਲਨ ਵਿਗਾੜਨ ਨਹੀਂ ਦੇਣਾ। ਅਸੀਂ ਸ਼ਾਂਤਮਈ ਤਰੀਕੇ ਨਾਲ ਪਹਿਲਾਂ ਤੋਂ ਬੈਠੇ ਹਾਂ, ਇਹਨਾਂ ਦਾ ਜੋ ਕਾਰਵਾਈ ਕਰਨਗੇ ਅਸੀਂ ਉਹਨਾਂ ਦੇ ਫੁੱਲ ਚੜਾਉਣੇ, ਜੇ ਇਹਨਾਂ ਨੇ ਕਿਹਾ ਪਰੇਡ 'ਚ ਜਾਣਾ ਪਰੇਡ 'ਚ ਚਲੇ ਗਏ, ਕੋਈ ਗੱਲ ਨਹੀਂ ਹੋਈ, ਹੋਰ ਕੁਛ ਨਹੀਂ, ਅਸੀਂ ਆਪਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਨਾ ਦੇਣਾ ਵਾ, ਇਹਨਾਂ ਨੇ ਜੋ ਦੇਣਾ ਕਿਸਾਨਾਂ ਨੇ ਦੇਣਾ, ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ, ਹੁਣ ਵੀ ਖੜ੍ਹੇ ਹਾਂ। ਜਦੋਂ ਇਹ ਭੱਜਣਗੇ ਜੇ ਪਹਿਲਾਂ ਫਿਰ ਅਸੀਂ ਜਾਵਾਂਗੇ, ਇਹ ਨਹੀਂ ਅਸੀਂ ਨਹੀਂ ਪਹਿਲਾਂ ਭੱਜਦੇ ਵੀ ਜੇ ਕਹਿਣਾ ਵੀ ਨਿਕਸਾਂ ਭੱਜ ਗਏ, ਬਿਲਕੁਲ ਨਹੀਂ, ਅਸੀਂ ਕਿਸੇ ਦੇ ਕਹੇ 'ਤੇ ਨਹੀਂ ਆਏ, ਸਾਡੇ ਭਰਾ ਨੇ ਇਹ ਸਾਰੇ, ਸਾਨੂੰ ਦਰਦਾ ਸੀ ਵੀ ਕਿਸਾਨ ਆ, ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਨੇ ਸਾਰਾ ਕੁਛ, ਅਸੀਂ ਕਿਸਾਨ ਨਹੀਂ ਹੈਗੇ, ਸਾਡੇ ਕੋਲ ਖੇਤੀਬਾੜੀ ਕਰਦੇ ਹਾਂ, ਸਾਨੂੰ ਵੀ ਪਤਾ ਵੀ ਜੇ ਕਿਸਾਨ ਮਾਰਿਆ ਗਿਆ ਉਹਦੇ ਵਿੱਚ ਪਹਿਲਾਂ ਸਾਰੇ ਵਰਗਾਂ ਨੇ ਮਰ ਜਾਣਾ, ਗਰੀਬਾਂ ਨੇ ਪਹਿਲਾਂ ਮਰਨਾ ਵਾ, ਹੋਰ ਵਰਗ ਨੇ ਪਹਿਲਾਂ ਮਰਨਾ, ਇਸ ਕਰਕੇ ਇਹ ਅੰਦੋਲਨ ਨੂੰ ਕਾਮਯਾਬ ਅਸੀਂ ਕਰਨ ਵਾਸਤੇ ਦਿਨ ਰਾਤ ਇੱਕ ਕਰ ਦਿਆਂਗੇ, ਬਿਲਕੁਲ ਸ਼ਾਂਤੀ ਦੇ ਜਾਬਦ ਦੇ ਵਿੱਚ ਰਹਿ ਕੇ ਅਸੀਂ ਮੰਗਾਂ ਮਨਵਾਵਾਂਗੇ ਮੋਦੀ ਤੋਂ। ਦੇਖੋ ਜੋ ਕੁਛ ਹੋਇਆ ਉਹਨਾਂ ਸਾਡੇ ਘੋੜੇ ਸ਼ਹੀਦ ਕਰਤੇ, ਹੋਰ ਵੀ ਹੁੰਦੇ ਬਸਾ ਸਾਨੂੰ ਵੀ ਉਹ ਗੋਲੀਆਂ ਮਾਰ ਕੇ ਮਾਰ ਦੇਣ, ਪਰ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਤਾਂ ਇਹ ਸੁੱਖ ਭੋਗੂਗੀ, ਜੇ ਅਸੀਂ ਇੱਥੋਂ ਕੁਛ ਪ੍ਰਾਪਤੀਆਂ ਵੀ ਨਾ ਕਰਕੇ ਗਏ, ਸਾਡਾ ਮੋਰਚਾ ਵੀ ਤਾਰੋ ਪੀਟ ਕਰਤਾ ਇਹਨਾਂ ਨੇ, ਫਿਰ ਸਾਡੇ ਪੱਲੇ ਲੱਗਣ ਰਹਿਣਾ ਕੱਖ ਨਹੀਂ, ਨਾਲੇ ਸਾਨੂੰ ਪੁਲਿਸ ਨੇ ਕੁੱਟਣਾ, ਇਹ ਮੋਦੀ ਸਰਕਾਰ ਨਾਲੇ ਫੜੂਗੀ, ਨਾਲੇ ਅੰਦਰ ਕਰੂਗੀ, ਨਾਲੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਖੋਲਣਗੀਆਂ। ਜਿਹੜੇ ਨੌਜਵਾਨ ਚਲੇ ਗਿਆ ਨਿਰਾਸ਼ ਹੋ ਕੇ ਜਾਂ ਨਿਰਾਸ਼ਾ, ਉਹ ਵਿੱਚ ਨਿਰਾਸ਼ਾ ਦੇ ਨਾਲ ਕੁਛ ਨਹੀਂ ਬਣਨਾ, ਹੌਸਲੇ ਦੇ ਵਿੱਚ ਆਓ, ਇੱਥੇ ਮੁੜ ਦੁਬਾਰੇ ਆਓ, ਇੱਥੇ ਬੈਠੋ, ਘਰੇ ਜਾ ਕੇ ਹੀ ਕਰੋਗੇ, ਘਰੇ ਵੀ ਮਾਰਨੇ ਕੁੱਟਣਗੇ ਤੁਹਾਨੂੰ, ਉੱਥੇ ਹੀ ਫੜਨਗੇ, ਉੱਥੇ ਨਹੀਂ ਫੜਦੇ, ਉੱਥੇ ਕੈਪਟਨ ਸਰਕਾਰ ਗੁੰਡਾ ਕਰਦੀ, ਕੈਪਟਨ ਸਰਕਾਰ ਨੇ ਬਚਾਈ ਪਈ ਆ, ਕੈਪਟਨ ਬਾਦਲ ਅਤੇ BJP ਤਿੰਨੇ ਰਲ ਚੁੱਕੇ ਨੇ, ਉਹਨਾਂ ਨੂੰ ਪਤਾ ਵੀ, ਕੈਪਟਨ ਨੂੰ ਵੀ ਪਤਾ, ਕਾਂਗਰਸ ਨੂੰ ਵੀ ਇਹ ਵੀ ਪਤਾ ਵੀ ਜੇ ਕਿਸਾਨ ਕਾਮਯਾਬ ਹੁੰਦੇ ਨੇ ਤਾਂ ਸਾਡੇ ਪੱਲੇ ਕੱਖ ਨਹੀਂ, ਸਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ। ਬਾਦਲ ਨੂੰ ਇਹ ਗੱਲ ਪਤਾ, ਬਾਦਲ ਨੂੰ ਵੀ ਇਹ ਗੱਲ ਪਤਾ ਵੀ ਜੇ ਮੋਰਚਾ ਫਤਿਹ ਹੋ ਗਿਆ, ਸਾਨੂੰ ਕਿਸੇ ਨੇ ਪੁੱਛਣਾ ਨਹੀਂ ਕਿਸਾਨਾਂ ਨੇ ਨਵੀਂ ਪਾਰਟੀ ਬਣਾਉਣੀ ਆ, ਉਹ ਤਾਂ ਬਣੂਗੀ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਥ ਦੇ ਵਿੱਚ ਇਹਨਾਂ ਦਾ ਰਾਜ ਹੋਣਾ ਚਾਹੀਦਾ, ਆਪਦੀ ਗੱਲ ਤਾਂ ਕਰਨਗੇ। ਬਾਦਲ ਕਾਂਗਰਸ ਅਤੇ BJP ਰਲੇ ਹੋਏ ਨੇ, ਇਹ ਸਾਨੂੰ ਹੁਣ ਦੇਖਣਾ ਚਾਹੀਦਾ, ਸਾਡੇ ਲੋਕਾਂ ਨੂੰ ਇਹਨਾਂ ਦੇ ਵਿੱਚ ਧਿਆਨ ਰੱਖਣਾ ਚਾਹੀਦਾ, ਇਸ ਕਰਕੇ ਅਸੀਂ ਹੁਣ ਸੁਚੇਤ ਹਾਂ, ਅਸੀਂ ਮੋਰਚਾ ਫਤਿਹ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਮੋਰਚਾ ਇੱਥੇ ਲੱਗਿਆ ਰਹੇਗਾ ਅਤੇ ਸੱਦਾ ਵੀ ਦਿੱਤਾ ਹੈ ਕਿ ਮੋਰਚੇ ਦੇ ਵਿੱਚੋਂ ਜਾਣ ਦੀ, ਨਿਰਾਸ਼ ਹੋ ਕੇ ਜਾਣ ਦੀ ਲੋੜ ਨਹੀਂ, ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ। ਨਿਹੰਗ ਫੌਜਾਂ ਦੇ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਅਤੇ ਇਹ ਵੀ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਮੋਰਚੇ ਦੇ ਵਿੱਚ ਹੀ ਡਟੇ ਰਹਾਂਗੇ, ਕਿਸਾਨਾਂ ਦੇ ਨਾਲ ਰਹਾਂਗੇ, ਸਾਡਾ ਕੋਈ ਵੱਖਰਾ ਪ੍ਰੋਗਰਾਮ ਨਹੀਂ ਹੋਏਗਾ।